ਗਗਨਦੀਪ ਨਾਂ ਹੈ। ਗਗਨਜੀਤ ਕਿੱਥੇ ਰਹਿਣ ਵਾਲੇ ਹੋ? ਅਸੀਂ ਇੰਦਰਾ ਕਲੋਨੀ ਰਹਿਣ ਵਾਲੇ ਹਾਂ ਜਨਾਬ ਜੀ। ਇਹ ਕਾਰਨ ਕੀ ਹੋਇਆ? ਇਸ ਤਰ੍ਹਾਂ ਹੋਇਆ ਜਨਾਬ, 40-50 ਮੁੰਡੇ ਦੀ ਲੜਾਈ ਸੀ ਜੀ। ਅਸੀਂ ਰੋਟੀ ਖਾ ਕੇ ਮੋਰਨਿੰਗ ਕਰਨ ਜਾ ਰਹੇ ਸੀ ਜੀ। ਮੋਰਨਿੰਗ ਕਰਨ ਗਏ ਆ, ਅੱਗੋਂ ਆ ਕੇ ਚੱਲ ਕੇ ਉਹਨਾਂ ਨੇ ਸਾਡੇ ਵੀ ਹਮਲਾ ਕਰਕੇ ਇੱਟ ਮਾਰਤੀ ਜਨਾਬ ਜੀ। ਅਸੀਂ ਆਪਣੇ ਘਰ ਕਰੀ ਆ ਰਹੇ ਸੀ ਜੀ। ਮਸਲਾ ਇਹ ਹੈ, ਕਿੰਨੇ ਲੋਕ ਸੀ? ਉਹ ਮੁੰਡੇ ਹੈ ਸੀ ਘੱਟੋ ਘੱਟ ਵੀ 50-60 ਮੁੰਡਾ ਆਇਆ ਸੀ ਜਨਾਬ, ਜਿਹਨਾਂ ਕੋਲ ਕੱਚ ਦੀਆਂ ਬੋਤਲਾਂ, ਦਾਰੂਆਂ ਦੀਆਂ ਬੋਤਲਾਂ, ਇਹੋ ਜਿਹੇ ਸ਼ਸਤਰ ਫੜੇ ਪਏ ਸੀ, ਪੱਥਰ ਫੜੇ ਪਏ ਸੀ, ਇੱਟਾਂ ਵੀ ਤੱਕ ਮਾਰੀਆਂ, ਇੱਟਾਂ ਤੱਕ ਮਾਰੀਆਂ ਜਨਾਬ ਜੀ। ਕੁਝ ਪੈਟਰੋਲ ਬੰਬ ਦੀ ਗੱਲ ਕਰ ਰਹੇ? ਬੰਬ ਵੀ ਹੈਗੇ ਸੀ ਜਨਾਬ ਜੀ। ਉਸ ਤੋਂ ਬਾਅਦ ਉਹ ਪੈਟਰੋਲ ਬੰਬ ਲੈ ਆਏ ਨੇ, ਉਸ ਤੋਂ ਬਾਅਦ ਉਹਨਾਂ ਨੇ 4 ਬੋਤਲ ਵਾਲੇ ਪੈਟਰੋਲ ਬੰਬ ਲਿਆਂਦੇ ਆ, 2 ਇੱਕ ਚੌਂਕ ਵੀ ਮਾਰੇ ਆ, 2 ਇੱਕ ਚੌਂਕ ਵੀ ਮਾਰੇ ਆ ਜਨਾਬ। ਕੀ ਕਾਰਨ ਕੀ ਮੰਨਦੇ ਹੋ ਹਮਲਾ ਹੋਣ ਦਾ? ਕੀ ਮੰਨਦੇ ਆ ਵੀ ਜਾਨ ਨਾਲੋਂ ਵੱਧ ਕੇ ਹਮਲਾ ਕਰ ਰਹੇ ਸਨ ਜਨਾਬ ਸਾਡੇ ਤੇ। ਨਹੀਂ, ਕਾਰਨ ਕੀ ਮੰਨਦੇ ਹੋ ਹਮਲਾ ਕਰਨ ਦਾ? ਪਹਿਲਾਂ ਲੜਾਈ ਝਗੜਾ ਕੁਝ? ਬਹੁਤ ਜ਼ਿਆਦਾ ਲੜਾਈ ਝਗੜਾ ਭਾਜੀ ਕਰ ਰਹੇ ਸਨ, ਅਸੀਂ ਗਰੀਬ ਬੰਦੇ ਆ, ਲੜਾਈ ਝਗੜਾ ਨਹੀਂ ਕਰਦੇ। ਇਹ ਕੌਣ ਸੀ ਜਾਣਦੇ ਹੋ? ਕੋਈ ਪਹਿਚਾਣਦੇ ਹੋ? ਨਹੀਂ ਜਾਣਦੇ ਭਾਜੀ। ਇਹ ਕਿੰਨੇ ਵਜੇ ਦੀ ਵਾਰਦਾਤ ਹੈ? ਇਹ ਵਾਰਦਾਤ ਹੈ ਪਹਿਲਾਂ ਭਾਜੀ, ਵਾਰਦਾਤ ਹੈਗੀ ਸੀ 10 ਵਜੇ ਦੀ, ਉਸ ਤੋਂ ਬਾਅਦ ਲੈ ਕੇ 1 ਵਜੇ ਦੀ, 2 ਵਜੇ ਦੀ, 3:30 ਵਜੇ ਤੱਕ ਇਹ ਕੰਮ ਚੱਲਦਾ। ਕਿਹਦੇ ਵਿੱਚ ਆਏ ਸੀ ਉਹ ਬੰਦੇ? ਉਹ ਬੰਦੇ ਸੀ ਭਾਜੀ, ਪੈਦਲ ਸੀ, ਮੋਟਰਸਾਈਕਲ ਸੀ, ਗੱਡੀਆਂ, ਅਚਾਨਕ ਚੀਜ਼ਾਂ ਦਾ ਅਚਾਨਕ ਸਾਧਨ ਤੁਹਾਨੂੰ ਨਾ। ਤੁਹਾਨੂੰ ਸੱਟ ਲੱਗੀ ਹੈ? ਸੱਟ ਬਹੁਤ ਤੇਜ਼। ਕਿੰਨੇ ਲੋਕ ਜ਼ਖਮੀ ਹੋਏ ਇਸ ਵਿੱਚ? ਲੋਕ ਜ਼ਖਮੀ ਹੋ ਗਏ, ਘੱਟੋ ਘੱਟ 3-4 ਜ਼ਖਮੀ ਹੋ ਗਏ ਜਨਾਬ। ਹੁਣ ਕਿੱਦਾਂ ਦੀ ਕਾਰਵਾਈ ਦੀ ਮੰਗ ਕਰਦੇ ਹੋ? ਕਾਰਵਾਈ ਦੇ ਮੰਨਿਆ ਜਨਾਬ, ਸਾਡੇ ਗਰੀਬ ਬੰਦਿਆਂ ਦਾ ਫੈਸਲਾ ਹੋਣਾ ਚਾਹੀਦਾ, ਜਦ ਤੋਂ ਜਦ ਅਸੂਲ ਹੋਣਾ ਚਾਹੀਦਾ, ਸਾਡੇ ਗਰੀਬਾਂ ਦੀ ਅਸੂਲ ਦੀ ਗੱਲ ਹੋਣੀ ਚਾਹੀਦੀ। ਨਛੱਤਰ ਸਿੰਘ ਜੀ ਕਿੱਥੇ ਰਹਿੰਦੇ ਹੋ? ਅਸੀਂ ਇੰਦਰਾ ਕਲੋਨੀ ਰਹਿੰਦੇ ਹਾਂ ਭਾਈ। ਇਹ ਕੀ ਗੱਲਬਾਤ ਕੀ ਹੋਈ ਹੈ? ਗੱਲਬਾਤ ਸਰ, ਅਸੀਂ ਖਾਣਾ ਖਾ ਕੇ ਗਏ ਹਾਂ, ਰਾਤ ਘੁੰਮਣ ਫਿਰਨ ਗਏ ਸੀ ਜੀ, ਸੈਲ ਸੂਲ ਕਰਨ। ਮੈਂ ਅਤੇ ਮੇਰਾ ਜੀਜਾ ਗਏ ਹਾਂ ਸਰ। ਅਸੀਂ ਬਾਹਰ ਮੋੜ 'ਤੇ ਪਹੁੰਚੇ ਹਾਂ ਅਤੇ ਰਾਤ ਮੁੰਡਿਆਂ ਦੀ ਆਪਸ 'ਚ ਹੱਤਾ ਪਾਈ ਹੋ ਰਹੀ ਸੀ, ਇੱਟਾਂ ਰੋੜੇ ਚਲਾ ਰਹੇ ਸੀ ਪਥਰੀਲੇ। ਅਸੀਂ ਭੱਜ ਕੇ ਪਰੇ ਨੂੰ ਹੋ ਗਏ, ਇੰਨੇ ਨੂੰ 1 ਕਰੋੜਾ ਆਣ ਕੇ ਮੇਰੇ ਜੀਜੇ ਦੇ ਲੱਗਿਆ ਸਿਰ ਦੇ ਵਿੱਚ, ਕੁਰਪੜੀ 'ਚ। ਅਸੀਂ ਫਿਰ ਉਹਨਾਂ ਨੂੰ ਕਿਹਾ ਵੀ ਤੁਸੀਂ ਭਾਈ ਇੱਦਾਂ ਕਿਉਂ ਲੜ ਰਹੇ ਹੋ? ਤੁਸੀਂ ਆਪਸ 'ਚ ਜੋ ਵੀ ਗੱਲਬਾਤ ਹੈ ਪਰੇ ਹੋ ਕੇ ਨਿਬੇੜੋ, ਵੀ ਤੁਸੀਂ ਪਬਲਿਕ ਨੂੰ ਪਰੇਸ਼ਾਨ ਕਰ ਰਹੇ ਹੋ ਜਿਹੜਾ ਖਾਣਾ ਖਾ ਕੇ ਆਏ ਘੁੰਮਣ ਫਿਰਨ, ਵੀ ਤੁਸੀਂ ਇੱਦਾਂ ਨਾ ਤੰਗ ਕਰੋ। ਅਤੇ ਇੱਦਾਂ ਦੀ ਸਾਡੀ ਕੋਈ ਗੱਲਬਾਤ ਵੀ ਨਹੀਂ ਹੋਈ ਸਰ, ਉਹਨਾਂ ਨਾਲ ਕੋਈ ਲੜਾਈ ਝਗੜਾ ਨਹੀਂ, ਕੁਛ ਵੀ ਨਹੀਂ। ਅਸੀਂ ਉਸ ਤੋਂ ਬਾਅਦ ਆਪਣੇ ਘਰ ਆ ਗਏ ਹਾਂ, ਜੀਜੇ ਆਪਣੇ ਨੂੰ ਪੱਟੀ ਪੁੱਟੀ ਕਰਾਉਣ ਚਲੇ ਗਏ ਹਾਂ, ਦਵਾਈ ਮੈਡੀਸਨ ਦਵਾਉਣ ਚਲੇ ਗਏ ਹਾਂ। ਉਸ ਤੋਂ ਬਾਅਦ ਅਸੀਂ ਘਰ ਆਣ ਕੇ ਬਹਿ ਗਏ ਹਾਂ ਬੱਚਿਆਂ 'ਚ। ਉਸ ਤੋਂ ਬਾਅਦ ਸਰ ਸਾਡੇ ਘਰ ਉਹਨਾਂ ਨੇ ਰਾਤ 11 ਵਜੇ ਪਹਿਲਾਂ ਹਮਲਾ ਕੀਤਾ, ਉਸ ਤੋਂ ਬਾਅਦ 2-3 ਹਮਲੇ ਫਿਰ ਉਹਨਾਂ ਨੇ ਕੀਤੇ। ਇੱਕ ਵਾਰੀ ਆਏ ਹਾਂ, ਇੱਟਾਂ ਰੋੜੇ ਪਥਰੀਲੇ ਚਲਾਏ ਹਾਂ, ਤਲਵਾਰਾਂ ਚਲਾਈਆਂ ਉਹਨਾਂ ਨੇ, ਹਾਕੀਆਂ, ਬੈਸ, ਬੱਲੇ, ਕਿਰਚਾਂ ਵੀ ਸੀ ਉਹਨਾਂ ਕੋਲ, ਤੇਜ਼ ਹਥਿਆਰ। ਉਸ ਤੋਂ ਬਾਅਦ ਪੈਟਰੋਲ ਬੰਬ ਮਾਰਿਆ ਜੀ ਸਾਡੇ ਘਰ ਕੋਲ। ਕਿੰਨੇ ਵਜੇ ਦੀ ਵਾਰਦਾਤ ਹੈ? ਇਹ ਸਰ 3 ਵਜੇ ਵੀ ਹੈ ਅਤੇ 11 ਵਜੇ ਦਾ ਟਾਈਮ ਸੀ, 2 ਵਾਰੀ ਉਹਨਾਂ ਨੇ ਹਮਲੇ ਕੀਤੇ। ਕਿੰਨੇ ਲੋਕ ਸੀ ਟੋਟਲ? ਇਹ ਹੈਗੇ ਸੀ ਘੱਟੋ ਘੱਟ ਲੋਕ ਸਰ ਜੀ 30-35 ਲੋਕ ਹੈਗੇ। ਕੋਈ ਬੰਦੇ ਨੂੰ ਪਹਿਚਾਣਦੇ ਹੋ ਤੁਸੀਂ? 2-3 ਮੁੰਡੇ ਦੇ ਪਛਾਣ ਹੈ, ਬਾਕੀ ਅਣਪਛਾਤੇ ਹੈ ਸਰ। ਉਹ ਕਿੱਥੇ ਦੇ ਰਹਿਣ ਵਾਲੇ ਆ ਜਿਨ੍ਹਾਂ ਨੂੰ? ਇੱਕ ਮੁੰਡਾ ਤ੍ਰਿਪੜੀ ਰਹਿੰਦਾ ਜੀ ਅਤੇ ਇੱਕ ਮੁੰਡਾ ਚਿਲਪੜੀ ਦਾ ਰਹਿੰਦਾ ਜੀ। ਕੀ ਕਾਰਨ ਕੀ ਮੰਨਦੇ ਹੋ ਹਮਲਾ ਕਰਨ ਦਾ? ਬਸ ਹਮਲਾ ਕਰਨ ਦਾ ਕਾਰਨ ਸਰ ਸਾਡੀ ਤਾਂ ਕੋਈ ਗੱਲਬਾਤ ਵੀ ਨਹੀਂ ਹੈਗੀ, ਸਾਡੇ ਨਾਲ ਬੇਕਸੂਰ ਧੱਕਾ ਹੋਇਆ ਸਰ, ਸਾਡੇ ਘਰ 'ਤੇ ਹਮਲਾ ਹੋਇਆ। ਜਾਂ ਪਹਿਲਾਂ ਕਦੀ ਲੜਾਈ ਝਗੜਾ ਹੋਇਆ? ਨਾ ਕੋਈ ਸਰ, ਅਸੀਂ ਤਾਂ ਉਹਨਾਂ ਨੂੰ ਜਾਣਦੇ ਵੀ ਨਹੀਂ ਹੈਗੇ ਅੱਜ ਤੱਕ, ਨਾਲ ਉਹਨਾਂ ਨਾਲ ਹੈਲੋ ਫਰਮਾਇਸ਼ ਵੀ ਨਹੀਂ ਹੋਈ ਸਰ। ਪੁਲਿਸ ਨੂੰ ਇਤਲਾਹ ਦਿੱਤੀ ਹੈ? ਪੁਲਿਸ ਨੂੰ ਇਤਲਾਹ ਕਰਨੀ ਸੀ ਅਸੀਂ, ਰਾਤੀ ਸਾਡੇ ਪ੍ਰਧਾਨ ਸਾਹਿਬ ਆਏ ਹਾਂ PRC ਤੋਂ ਆਏ ਸੀ ਉਹਨੇ, ਉਹ ਮੌਕਾ ਦੇਖ ਕੇ ਗਏ, ਉਹ ਕਹਿੰਦੇ ਤੁਸੀਂ ਵੀ ਆਣ ਕੇ ਆਪਣੇ ਜਿਨ੍ਹਾਂ ਦਾ ਨੁਕਸਾਨ ਹੋਇਆ ਹਮਲਾ ਕਾਇਆ ਤੁਸੀਂ ਆਪਣੀ ਦਰਖਾਸਤ ਪਾ ਦਿਓ। ਅਸੀਂ ਹੁਣ ਸਰ ਕੋਈ ਰਾਤੀ ਫਿਰ ਬੰਦੇ ਸਾਰੇ ਉਹਨਾਂ ਨੇ ਜਦੋਂ ਲੜਾਈ ਝਗੜਾ ਹੋਇਆ, ਕੋਈ ਬੰਦੇ ਸਾਹਿਬ ਆਪਣੇ ਘਰੇ ਚਲੇ ਗਏ, ਹੁਣ ਜਾ ਰਹੇ ਹਾਂ ਜੀ ਅਸੀਂ ਉਹਨਾਂ ਦੀ ਦਰਖਾਸਤ। ਕਿੰਨੇ ਵਜੇ ਦੀ, ਕਿੰਨਾ ਕੀ, ਹੁਣ ਕੀ ਕਹਿਣਾ ਚਾਹੁੰਦੇ ਹੋ, ਕੀ ਮੰਗ ਕਰਦੇ ਹੋ, ਕਿੱਦਾਂ ਦੀ ਕਾਰਵਾਈ ਦੀ ਮੰਗ? ਸਭ ਤੋਂ ਸਖਤ ਕਾਰਵਾਈ ਚਾਹੁੰਦੇ ਹਾਂ ਜੀ। ਸਰ ਛੋਟੇ ਛੋਟੇ ਬੱਚੇ ਨੇ, ਅੱਜ ਸਾਡੇ ਨਾਲ ਇੰਨੀ ਗੱਲਬਾਤ ਕੀਤੀ ਹੈ, ਉਹ ਕਾਤਲੀ ਬੰਦੇ ਆ ਸਰ, ਕੱਲ੍ਹ ਨੂੰ ਵੀ ਸਾਡੇ ਉੱਤੇ ਰਾਤ ਨੂੰ ਆਣ ਕੇ ਹਮਲਾ ਕਰ ਦੇਣ, ਅਸੀਂ ਗਰੀਬ ਬੰਦੇ ਦੱਸੋ ਕੀ ਕਰਾਂਗੇ ਸਰ? ਅਸੀਂ ਤਾਂ ਪ੍ਰਸ਼ਾਸਨ ਤੋਂ ਮੰਗ ਕਰਨੇ ਹਾਂ
ਤੇ ਸਖਤ ਤੋਂ ਸਖਤ ਉਹਨਾਂ ਦੇ ਉੱਤੇ ਕਾਨੂੰਨੀ ਕਾਰਵਾਈ ਕੀਤੀ ਗਈ। ਨਾਮ ਹੈ ਜੀ? ਸੋਨੂ ਸਿੰਘ ਜੀ। ਸੋਨੂ ਜੀ ਕਿੱਥੇ ਰਹਿੰਦੇ ਹੋ? ਇਹ ਇੰਦਰਾ ਕਲੋਨੀ ਜੀ। ਇਹ ਕਿਹੜੀ ਜਗ੍ਹਾ ਤੇ ਹੈ ਇੰਦਰਾ ਕਲੋਨੀ? ਇਹ ਮੜੀਆਂ ਰੋਡ ਤੇ ਜੀ, ਸ਼ਿਵ ਮੰਦਿਰ ਕੋਲ। ਇਹ ਕੀ ਕਾਰਨ ਕੀ ਹੈ ਜਿਹੜਾ ਇੱਥੇ ਬੰਦੇ ਇਕੱਠੇ ਹੋਏ ਆ ਤੇ ਕੀ ਵਾਰਦਾਤ ਹੋਈ ਹੈ, ਕੀ ਗੱਲਾਂ ਹੋਈਆਂ? ਰਾਤੀ ਜੀ ਅੰਦਰ ਅਸੀਂ ਸੁੱਤੇ ਪਏ ਸੀ ਜੀ, ਰਾਤੀ 30-40 ਬੰਦਿਆਂ ਤੋਂ ਉੱਤੇ ਬੰਦੇ ਆਏ ਨੇ। ਉਹਨਾਂ ਕੋਲ ਬੈਂਸ ਬੱਲੇ ਸੀ, ਇੱਟਾਂ ਸੀ, ਆਪਣਾ ਬੰਬ ਸੀ ਜੀ, ਉਹਨਾਂ ਕੋਲ ਪੈਟਰੋਲ ਪੰਪ। ਉਹਨਾਂ ਨੇ ਰਾਤੀ 1:30 ਵਜੇ ਆਏ ਨੇ, ਅੰਦਰ ਆ ਕੇ ਤਲਵਾਰਾਂ ਨਾਲ ਵੀ ਸਾਨੂੰ ਮਾਰਨ ਦੀ ਕੋਸ਼ਿਸ਼ ਕੀਤੀ ਹੈ ਤੇ ਪੂਰੇ ਕਲੋਨੀ ਦੇ ਵਿੱਚ ਗੱਡੀਆਂ ਵੀ ਤੋੜੀਆਂ ਨੇ ਤੇ ਕਈ ਬੱਚਿਆਂ ਦਾ ਨੁਕਸਾਨ ਵੀ ਹੋਏ ਨੇ। ਕੌਣ ਹੈ ਬੰਦੇ? ਕੌਣ ਹੈ ਇਹ ਬੰਦੇ? ਅਣਪਛਾਣੇ ਹੈ ਜੀ, 3-4 ਬੰਦਿਆਂ ਦੀ ਪਛਾਣ ਹੈਗੀ ਹੈ, ਬਾਕੀ ਅਣਪਛਾਣੇ। ਕਾਰਨ ਕੀ ਹੈ ਹਮਲਾ ਕਰਨ ਦਾ? ਕਾਰਨ ਕੁਛ ਨਹੀਂ ਹੈ ਜੀ, ਲੜਾਈ ਕਿਸੇ ਦੀ ਹੋ ਰਹੀ ਸੀ, ਉੱਥੋਂ ਅਸੀਂ ਆ ਰਹੇ ਸੀ, ਇਹਨਾਂ ਨੇ ਉਹਨਾਂ ਨੂੰ ਤਾਂ ਕੁਛ ਕਿਹਾ ਨਹੀਂ ਹੈਗਾ। ਉਸ ਤੋਂ ਬਾਅਦ ਕਿਸੇ ਬੰਦੇ ਨੇ ਘਰੇ ਭੇਜ ਤੇ, ਘਰੇ ਆਉਣ ਤੋਂ ਬਾਅਦ ਇਹਨਾਂ ਨੇ ਹਮਲਾ ਕੀਤਾ ਜੀ ਸਾਡੇ ਉੱਤੇ। ਕਿੰਨੇ ਲੋਕ ਸੀ ਟੋਟਲ? 40 ਲੋਕ ਸੀ। ਕਿੰਨਾ ਕੁ ਨੁਕਸਾਨ ਹੋਇਆ? ਨੁਕਸਾਨ ਬਹੁਤ ਜ਼ਿਆਦਾ, ਇਹ ਗੱਡੀਆਂ ਟੁੱਟੀਆਂ ਨੇ, ਅੰਦਰ ਬੰਦੇ ਦੇ ਸਿਰ ਪਾੜ ਗਿਆ, ਉਹਨਾਂ ਦੇ ਲੱਤਾਂ ਬਾਹਾਂ ਤੇ ਵੱਜੀਆਂ ਨੇ ਜੀ। ਕੋਈ ਜ਼ਖਮੀ ਵੀ ਹੈ? ਜ਼ਖਮੀ ਵੀ ਹੋਏ ਜੀ ਸਿਰ ਪਾੜ। ਜ਼ਖਮੀ ਕਿੱਥੇ ਹੈ ਜੀ? ਜ਼ਖਮੀ ਬਾਹਰ ਬੈਠੇ ਜੀ, ਗਗਨਾ ਸਿੰਘ। ਤੇ ਬਸ ਇੱਕੋ ਬੰਦਾ ਜ਼ਖਮੀ ਹੈ? ਨਹੀਂ, ਦੋ ਬੰਦੇ ਨੇ ਜੀ, ਇੱਕ ਨਛੱਤਰ ਸਿੰਘ, ਇੱਕ ਗਗਨਾ ਸਿੰਘ। ਮੈਡੀਕਲ ਕਰਵਾਇਆ ਇਹਨਾਂ ਦਾ? ਨਹੀਂ, ਹਜੇ ਨਹੀਂ ਕਰਾਇਆ ਜੀ, ਹੁਣ ਕਰਾਵਾਂਗੇ। ਕੀ ਮੰਗ ਕਰਨਾ ਚਾਹੁੰਦੇ ਹੋ ਤੁਸੀਂ ਹੁਣ? ਅਸੀਂ ਸਰਕਾਰ ਕੋਲੋਂ ਵੀ ਤੇ ਸਮਾਜ ਕੋਲੋਂ ਵੀ ਇਹ ਬੇਨਤੀ ਕਰਦੇ ਹਾਂ ਕਿ ਹਾਂ ਵੀ ਇਹਨਾਂ ਤੇ ਕਾਰਵਾਈ, ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ। ਜਿਹੜੀ ਅੱਜ ਹੁਣ ਘਰ ਵੜ ਕੇ ਮਾਰ ਰਹੇ ਨੇ, ਆਮ ਪਾਰਟੀ ਦੀ ਸਰਕਾਰ ਦੇ ਵਿੱਚ ਘਰ ਵੜ ਕੇ ਅੰਦਰ ਮਾਰ ਰਹੇ ਨੇ ਪੁਲਿਸ ਨੇ ਸਾਡੇ। ਹਾਂਜੀ, ਕੀ ਮੰਗ ਕਰਨਾ ਚਾਹੁੰਦੇ ਹੋ ਪ੍ਰਸ਼ਾਸਨ ਤੋਂ? ਜਿੱਦਾਂ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਤੇ ਦਿਨ ਦਿਹਾੜੇ ਜਿਹੜੇ ਵਾਰਦਾਤ ਹੋ ਰਹੀ ਹੈ, ਇਹਨੂੰ ਕੀ ਕਹਿੰਦੇ ਹੋ ਤੁਸੀਂ? ਅਸੀਂ ਆਮ ਪਾਰਟੀ ਸਰਕਾਰ ਤੋਂ ਹੀ ਹੱਥ ਜੋੜ ਕੇ ਬੇਨਤੀ ਕਰਦੇ ਹਾਂ ਜੀ, ਜਿਹੜਾ ਵੀ ਘਰ ਦੇ ਵਿੱਚ ਵੜ ਕੇ ਸਾਡੇ ਹਮਲਾ ਹੋਇਆ, ਕਿ ਇਹ ਸਰਕਾਰ ਵੱਲੋਂ, ਪ੍ਰਵਾਸਨ ਵੱਲੋਂ ਚਾਹੀਦਾ ਹੈ ਕਿ ਹਾਂ ਵੀ ਸਖਤ ਤੋਂ ਸਖਤ ਕਾਰਵਾਈ ਇਹਨਾਂ ਦੇ ਉੱਤੇ ਹੋਣੀ ਚਾਹੀਦੀ ਹੈ, ਕਿ ਉਹ ਸਾਡੇ ਬੰਦਿਆਂ ਦੇ ਮਾਰਿਆ, ਦੇਖੋ ਜੀ ਕਿਰਪਾਨਾਂ ਵੀ ਵੱਜਣਗੀਆਂ ਨੇ। ਤੇ ਉਹਨਾਂ ਕਿੰਨੇ ਕੀ ਫੜ ਕੇ ਲਿਆਏ ਸੀ? ਕੀ ਤੇਜ਼ਦਾਰ ਹਥਿਆਰ ਕਿਹੜੇ ਸੀ ਇਹਨਾਂ ਦੇ ਕੋਲ? ਤਲਵਾਰ ਸੀ ਜੀ ਇਹਨਾਂ ਕੋਲ, ਪੈਟਰੋਲ ਬੰਬ ਸੀ ਜੀ, ਬੈਟ ਸੀ ਜੀ, ਬੱਲੇ ਸੀ, ਤੇ ਇੱਟਾਂ ਫੜੀਆਂ ਪਈਆਂ ਸੀ ਇਹਨਾਂ ਨੇ, ਜਿਹੜੀਆਂ ਇੱਕਦਮ ਆ ਕੇ ਇਹਨਾਂ ਨੇ ਹਮਲੇ ਕੀਤੇ ਨੇ। ਇੱਕ ਬੰਦੇ ਦੀ ਸਕੂਟਰੀ ਵੀ ਫੜੀ ਗਈ ਹੈ, ਉਹ ਸਕੂਟਰੀ ਥੱਲੇ ਖੜੀ ਹੈ। ਕਿੰਨੇ ਵਜੇ ਦੀ ਗੱਲ ਹੈ? ਇਹ ਰਾਤ ਦੇ 2:30 ਵਜੇ ਦੀ ਗੱਲ ਹੈ ਜੀ।